ਬਟਾਲਾ ਦੇ ਨਜ਼ਦੀਕ ਕਦੀਅਨ ਬਟਾਲਾ ਮਾਰਗ ਤੇ ਬੱਸ ਤੇ ਟਰੈਕਟਰ ਟਰਾਲੀ ਦੀ ਆਮੋ ਸਾਹਮਣੇ ਟੱਕਰ ਵਿੱਚ ਵੱਡਾ ਹਾਦਸਾ ਵਾਪਰਿਆ। ਇਸ ਸੜਕ ਹਾਦਸੇ ਵਿੱਚ ਬੱਸ 'ਚ ਸਵਾਰ ਕਰੀਬ 12 ਵਿਅਕਤੀ ਜ਼ਖਮੀ ਹੋ ਗਏ ਨੇ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਿਲ ਨੇ। ਜ਼ਖਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਅੱਜ ਕਾਦੀਆਂ ਰੋਡ 'ਤੇ ਬਾਜਵਾ ਮਿੰਨੀ ਬੱਸ ਆ ਰਹੀ ਸੀਗੀ ਕਾਦੀਆਂ ਤੋਂ ਬਟਾਲੇ ਨੂੰ, ਅਤੇ ਬਟਾਲਾ ਤੋਂ ਕਾਦੀਆਂ ਸਾਈਡ ਨੂੰ ਟਰਾਲੀ ਟਰੈਕਟਰ ਜਾ ਰਿਹਾ ਸੀ, ਜਿਸ 'ਚ ਮਿੱਟੀ ਲੱਦੀ ਸੀ। ਉਹਨਾਂ ਦਾ ਐਕਸੀਡੈਂਟ ਵਾਲੀਆ ਨਰਸਰੀ ਦੇ ਲਾਗੇ ਹੋ ਗਿਆ, ਜਿਹਦੇ ਵਿੱਚ ਬੱਸ ਦੇ ਵਿੱਚ ਸਵਾਰੀਆਂ ਸੀਗੀਆਂ 13 ਜਿਹੜੀਆਂ ਇੰਜਰਡ ਨੇ, ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ, ਬਾਕੀ ਕਾਰਵਾਈ ਜਾਰੀ ਹੈ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ, ਪਹਿਰੇਦਾਰ TV।